सवेरे सवेरे उठ के गए नचदा सवेरे तड़के उठ के साढ़े पांच दा चार बजे दा उठ के नची जांदा इदा रज्जी नूं गुस्सा चढ़ाउण दिया। हाय गाइस वेलकम बैक टू न्यू व्लॉग। ते सवेरे सवेरे आए असीं बाहर घूमण, रोसकुण भी घुमाउण लिया आ। आ देखो इधर खुश, ये तो बहुत खुश, त्रेल पई हुई देखो कुन्नी नी ना ही निकलनी है धुप्प, वाहवा दिनां दे डीक डूक के बुखार बखूर भी चढ़ के लै गए हुण। बाकी आस पास देखो हवा चलन डई आ हुण, ओह तुहानूं दिसदा ना शपैदा, देखो हवा चलदी पई, देखो हाय 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 ठंडा था है घूम आया ना। गां इहदा बेली सेम टू सेम रोसको वर्गा, पर रोसको थोड़ा मोटा वा, उहदे नाल तो गवांडियां दा कुत्ता थोड़ा पतला। कणगां पैण डईआं उत्तों रुखी चोन डे डैडी पानी है गिला वा था। चल आ चल गए, ओ वे लै ओ वे तेरा बेली ओए, ओ तो ओ की लई जांदा फड़ के है की लई जांदा वा रोटी लै। आवेगा ये बेली मैं कहना हैगा इहदा बड़ा जांदा कि नहीं, ओहदे को ध्यान ना उहनूं उतर ना पै जे, मोत ओ डर गया उल्ट ते ਉਹ ਨਿਕਲ ਗਿਆ। ਨਹੀਂ ਇਹ ਬੜਾ ਡਰਦਾ ਜੋ ਲੱਗੇ ਜਾਂਦਾ, ਇਹ ਲੱਗੇ ਨਹੀਂ ਜਾਂਦਾ, ਇਹ ਵੀ ਡਰਦਾ ਪਤਾ ਮੈਨੂੰ, ਬਿੱਲੀ ਤੋਂ ਡਰ ਜਾਂਦਾ ਨਾ। ਆ ਜਾ ਕਰ ਨਿੰਮ ਨਿੰਮ ਦੇਖੋ ਕਿੱਦਾਂ ਹਨਾ ਸੁੱਕ ਗਈ ਕੋਰੇ ਨਾ ਵਿਚਾਰੀ ਫੁੱਟੀ ਨਹੀਂ ਅੱਗੋਂ। ਤਾਂ ਦੇਖੋ ਸਾਡੀ ਦੁਬਈ ਦੀ ਟਿਕਟ ਆ ਅੰਮ੍ਰਿਤਸਰ ਤੋਂ ਦੁਬਈ, ਦੁਬਈ ਟੂ ਅੰਮ੍ਰਿਤਸਰ ਇਕੱਠੀ ਆ। ਆਪਾਂ ਨੇੜੇ ਤੇੜੇ ਉਰਾ ਕੇ ਜ਼ਿਆਦਾ ਖਰਾਬ ਥੋੜੀ ਕਰਨਾ, ਆ ਇਹਦੇ ਤੋਂ ਹਨਾ ਉੱਥੇ ਉਹਨੇ ਕਾਰ ਚ ਤੇਲ ਲਾਣਾ, ਉਹਨੇ ਬੀਬੀ ਕੁਛ ਨਹੀਂ ਕਰਨਾ, ਕਾਰ ਚ ਤੇਲ ਲਾ ਕੇ ਕਹਿੰਦਾ ਜਾ ਭਾਜੋ। ਹਾਂ ਕਾਰ ਚ ਉਹਨੇ ਆਉਣਾ ਵਾ, ਉਹਨੇ ਥੋੜੀ ਇਹਨੂੰ ਤਾਰਨਾ ਥੱਲੇ, ਨਾ ਉਹਨੇ ਵੇਖ ਉਹ ਤਾਂ ਪਤਾ ਹੀ ਆਨੂੰ, ਉਹਨਾਂ ਦੇ ਸਾਰੇ ਆਫਿਸ ਨੇ ਬਾਹਰ ਆਣਾ। ਤੈਨੂੰ ਬੀਬੀ ਉੱਠਣ ਦੀ ਲੋੜ ਹੀ ਨਹੀਂ ਕਾਰ ਚੋਂ, ਬਸ ਤੇਰੀ ਬਾਹ ਬਾਹਰੋਂ ਹੀ ਵੇਖ ਲੈਣੀ ਵੀ ਕਿੱਦਾਂ ਵਾ। ਰਾਜ ਹੀ ਨਾ ਵੇਖ ਸਕਦਾ ਜਲੰਧਰ ਖਾਓ ਕਦੀ ਕੋਈ ਕਿਵੇਂ ਕਿਉਂਕਿ ਰਾਜ ਹੀ ਨਾ ਕਹੇ ਵੀ ਬਾਹ ਤੁਹਾਡੀ ਠੀਕ ਚੱਲ ਜਾਓ ਘਰ ਨੂੰ, ਰਾਜ ਹੀ ਨਾ ਮੋੜ ਦੇਵੇ ਕਹੇ ਸਹੀ ਆ। ਚੱਲ ਜਾਣਾ ਕਮਲਿਆ ਉਹ ਆਉਣ ਵਾਲਾ ਵਾ, ਠੰਡ ਬਹੁਤ ਆ ਬਾਹਰ, ਮੈਂ ਨਹੀਂ ਤੂੰ ਚਾਹਵਾ ਪੀਤੀ ਆਉਣਾ ਬੈਠਾ, ਚੱਲ ਨਾਲੀ ਚੋਂ ਗੰਦ ਕੱਢ ਕੇ ਆ। ਉਹ ਕਿਉਂ ਲੱਗਦਾ ਇਦਾਂ ਦਾ ਹੀ ਆ ਵੈਸੇ, ਤੂੰ ਤਾਂ ਮੈਨੂੰ ਅੱਗੇ ਮੈਨੂੰ ਡਰ ਹੀ ਠੰਡ ਦਾ ਹੁਣ ਤੈਨੂੰ ਪੈ ਗਿਆ। ਉਹ ਯਾਰ ਮੈਂ ਪਤਾ ਕੀ ਆ ਮੈਂ ਠਰ ਜੇ ਗਿਆ ਨਾ, ਮੇਰੀਆਂ ਮੈਂ ਬਾਹਰ ਉਹਦੇ ਤੁਰਿਆ ਫਿਰਿਆ, ਠਰ ਗਿਆ ਤੂੰ ਨਾ ਕੰਮ ਨਹੀਂ ਕੀਤਾ ਕਦੀ ਠਰਨਾ ਹੀ ਆ। ਗਾਇਜ਼ ਅੱਜ ਬੀਬੀ ਨੂੰ ਨਾ ਤਲਵੰਡੀ ਚੱਲੇ ਆ ਮੋਢਾ ਵਿਖਾਲਣ ਵਾਸਤੇ, ਇੱਥੋਂ ਮਤਲਬ ਬੀਬੀ ਦਾ ਮੋਢੇ 'ਚ ਪ੍ਰੋਬਲਮ ਆ ਅਤੇ ਤਾਂ ਕਰਕੇ ਫਿਰ ਤਲਵੰਡੀ ਵਿਖਾਉਣਾ ਪੈਣਾ ਵਾ। ਗੈਸ ਬੀਬੀ ਹੁਣੀ ਪਤਾ ਕਿੱਥੇ ਚੱਲਿਆ ਹੁਣ ਮੋਢਾ ਵਿਖਾਲਣ ਵਾਸਤੇ, ਤਲਵੰਡੀ ਦੂਰ ਪਹਿਲੀ ਵਾਰੀ ਬੜਾ ਚਿਰ ਹੋ ਗਿਆ ਹੈ ਨਾ, ਬੀਬੀ ਤਾਂ ਜ਼ਿਆਦਾਤਰ ਘਰੇ ਹੀ ਰਹਿੰਦੇ ਆ ਅਤੇ ਅੱਜ ਪਹਿਲੀ ਵਾਰੀ ਘੁੰਮਣ ਜਾਣਾ ਵਾ ਦੂਰ। ਖੁਸ਼ੀ ਆ ਬੀਬੀ ਨੂੰ ਥੋੜ੍ਹੀ ਜਿਹੀ, ਪਰ ਥੋੜ੍ਹੀ ਜਿਹੀ ਮੋਢੇ ਦੀ ਗਮੀ ਵੀ ਆ ਹੈ ਨਾ, ਕਹਿੰਦੇ ਨਹੀਂ ਜਾਂਦੇ ਆ ਘੁੰਮਣ ਉਦੋਂ ਇਹ ਤਕਲੀਫ 'ਚ ਹੀ ਜਾਈਦਾ। अच्छा जाके नी बीबी भी खुश है, चलो बी चलते बीबी ऐदा ही रहिंदा पूरा दिन ही धुंद पई रही। चलो गैस पहुंच गया भाई, चलो वेखते हैं शायद डॉक्टर कार च ही आ जाए। बीबी का मोटा दिखालता वा तो दवाई दवुई कोई नहीं दिती, तो बस वेख के चेक करके ना कहते हौली हौली आपे सैट हो जूगा। चलो हम वापस जाने जूस और संतरे लैने, फाटक लगा हुआ अगे तो हम अभी इतों डैडी हुई लैन गए हुए किनू पता नहीं किधर इधर तो नहीं आगे पिछे होने कि सामने देख गए लै लो इधर बीबी हुई वेट कर दे भी कदों फाटक खुले तो कदों घरे जाइए हीटर दे अगे बहिए सारा कुछ ले आंदा वा हुण बस वेट आ कदों खोल दे। केले लिया रजी किन्नू लिया
ਤੇ ਚੀਕੂ ਲਿਆਂਦੇ ਆ ਚਲੋ ਖਾਣੇ ਆ ਕਿੰਨੂੰ ਦੇ ਦੇਵਾ ਤੇ ਅੱਧਾ ਅੱਧਾ ਕੱਟੇਂਗੀ ਮੇਰੇ ਲਈ ਵੀ ਨਹੀਂ ਬੀਬੀ ਨੂੰ ਦੇਣਾ ਨਾ ਮੈਂ ਤੇ ਖਾਓ ਆ ਕਿ ਗੰਦਾ ਆ ਮੈਨੂੰ ਨਹੀਂ ਪਸੰਦ ਆ ਨਿੱਕਾ ਹੀ ਦੇ ਨਾ ਇਹ ਜੂਸ ਚ ਪੀ ਤੋ ਦੇ ਨਿੱਕਾ ਰਜੀ ਹੈ ਨਹੀਂ ਆ ਦੇਖੀਂ ਹੱਥ ਚ ਡਿੱਗ ਗਿਆ ਕਿਉਂਕਿ ਮੈਂ ਉਹ ਹੱਥ ਮਾਰਨ ਡਈ ਸੀ ਨਾ ਉਹਦੇ ਤੇ ਤਾਂ ਆਪਾਂ ਜੂਸ ਬਣਾਵਾਂਗੇ ਹਨਾ ਹੁੰਦਾ ਤਾਂ संतरा खान का सब तो वधिया तरीका पता की आ इदा करके देखो कटिंग कर ली कर बाद च इदा खावे बड़ा स्वाद लगता चलो गाइस ते हुण अज आपां फिर जूस कट रहे हां देखो जिहड़ा उहनां च जूस चलेगा तां मेरे कहने कोल जूस चाहिए गाइस गाइस खेला नहीं मैं खेला ही आ संतरे वादू पाए ना तां गाइस मम्मी हुणी जूस पींदे अज तुसी भी जूस पी लैने आ क्यों सानू मूंह नहीं लगे कहे चाय पीनी आ गल्ली मम्मी इह कहे स्वाद है बनिया बस एन मूह करके नहीं बोलना भी वधिया बनिया भरावा देखो गाइस घरे चीज अहीं ले आंदे ओ तिखा करन नूं किन्ना तिखा हो गया गोडी गुडी करन लई हुंदा ऐ ਹੁਣ ਆਪਾਂ ਚੱਲਿਆ ਪੁੱਲ ਤੇ ਥੋੜਾ ਟੋਆ ਮਾਰਨਾ ਸੀਗਾ ਜਰੂਰੀ ਸੀ ਡੈਡੀ ਹੁਣ ਕਹਿੰਦਾ ਟੋਆ ਮਾਰਨ ਜਾਣਾ ਉਹਦੇ ਸੰਦ ਤਾਂ ਹੀ ਤਿੱਖੇ ਕੀਤੇ ਸੀਗੇ ਬੂਹਾ ਖੋਲ ਲੈਣਾ ਗਾਇਸ ਹੁਣ ਤਾਂ ਸ਼ਾਮ ਰਾਤ ਸ਼ਾਮ ਦਾ ਕੋਈ ਪਤਾ ਨਹੀਂ ਸੇਮ ਹੀ ਮੌਸਮ ਐਵੇਂ ਦਾ ਹੀ ਰਹਿੰਦਾ ਨਾ ਕੋਈ ਦੁਪਹਿਰ ਨਾ ਕੋਈ ਸਵੇਰ ਨਾ ਕੋਈ ਸ਼ਾਮ ਬਸ ਸੇਮ ਮੌਸਮ ਭਾਵੇਂ ਹੁਣ ਮੈਂ ਕਹਿਦਾ ਸਵੇਰ ਹੋਈ ਆ ਪਤਾ ਲੱਗਣਾ ਤੁਹਾਨੂੰ ਨਾ ਇੱਦਾਂ ਦਾ ਹੀ ਆ ਮੌਸਮ ਰਹਿੰਦਾ ਹੁਣ ਧੁੱਪ ਤਾਂ ਨਿਕਲਦੀ ਨਹੀਂ ਡੈਡੀ ਹੁਣ ਧਿਆਨ ਨਾ ਬਹਿ ਜਾ ਡਿੱਗ ਸਕਦੇ ਆਪਾਂ ਚੱਲ ਇਹ ਬਹਿ ਜਾ ਤਰੀਕੇ ਨਾਲ ਧੱਪ ਹਾਂ ਚਲੋ ਬਈ ਹੁਣ ਬਈ ਰਿਸਕੀ ਰਸਤਾ ਵਾ ਤਾਂ ਧਿਆਨ ਨਾ ਲੰਘਣਾ ਪੈਣਾ ਨਹੀਂ ਤਾਂ ਮੂਧੜੇ ਮੂੰਹ ਵੱਜਾਂਗੇ ਕੁੱਤੇ ਕਿੱਥੇ ਬੈਠੇ ठंड के मारे हुए कर बहुत वड्डी गल इत को चलना नहीं है पता की है यार मोरली की पिछली लोन दिया मैं मोरली लोन की लोड़ ही नहीं पैंदी गाइस इधर देखो हाँ बस साढ़े पिंड का पानी पिंड का की वेलियां भूलियां चौदा है तो बाकी डेगी ना पाई इधर देखो सिम सिम के किदा गया इधरों मतलब इतने लोड फुल होया पा टुट सकता है चलो भाई अं ना उत्ते पैंप नपया वा तो इधर पानी लाया देखो कणक नूं इहदा फायदा भी हो जांदा पानी का बाकी परा पुरा ला देंगे तो भर जू कणक तीन थोड़ा डूंगा करके पैंप नपन लगे हम जान लग पिया हुण देखो पानी इहदा फायदा है ना हुण आपे लैवल थोड़ा नीवा हो जू इहदा नाले चल हुण जान लग पिया गाइस वेखे दो छोटे छोटे कतूरे ओ उत्ते इन्हां दी मां वे वेंदी पई दूरों ही ओ वे हां ओदा ही बैठे होए बेचारे इन्हां नूं पा के जाइए खान नूं पा के जाऊंगा की पाइए बिस्कुट पै पा जो नहीं रोटी भी खाऊगे कि नहीं सब कुछ खान गए बेचारे मरे पे ठंड बेचारे ओ वेखो बैठे ओ वेगे ओ बैठे सामने
ਤੇ ਵਿਚਾਰੇ ਤਾਂ ਠੰਡ ਦਾ ਕਰਕੇ ਮੈਂ ਘੁੰਗੜੇ ਪਏ। ਤਾਂ ਆਪਣਾ ਇਹਨਾਂ ਨੂੰ ਹੁਣ ਪਾਉਣ ਆਉਣੇ ਆ ਥੋੜ੍ਹੇ ਚਿਰ ਨੂੰ। ਆਪਾਂ ਇੱਕ ਵਾਰੀ ਆਹ ਸਮਾਨ ਸਮੂਨ ਛੱਡ ਆਈਏ ਘਰੇ। ਗਾਜਰਾਂ ਦੀ ਸਬਜ਼ੀ ਬਣਨੀ ਹੈਨਾ। ਇਹ ਕੀ ਆ? ਅੱਛਾ ਆਲੂ ਗਾਜਰਾਂ ਦੀ ਸਬਜ਼ੀ। ਚਲੋ ਤੇ ਰੱਜੀ ਮੈਂ ਨਾ ਨਿੱਕੇ ਨਿੱਕੇ ਕਤੂਰਿਆਂ ਨੂੰ ਅਸੀਂ ਪਾ ਕੇ ਆਉਣਾ ਉਹੀ ਗੋ ਰੋਟੀਆਂ ਹੈਗੀਆਂ ਰੋਟੀਆਂ ਕਤੂਰਿਆਂ ਨੂੰ ਪਾ ਕੇ ਆਉਣੀਆਂ ਸੀਗੀਆਂ ਪੁੱਲ ਤੇ ਆ ਵਿਚਾਰੇ ਛੋਟੇ ਛੋਟੇ ਹੈਂ। ਦੇਖੋ ਕਿੰਨੀਆਂ ਸੋਹਣੀਆਂ ਰੋਟੀਆਂ ਹੋਈਆਂ ਤੇ ਬਿਸਕੁਟ ਵੀ ਲਿਜਾਣੇ ਆ ਮੰਮੀ ਲਫਾਫੇ ਚ ਪਾ ਕੇ। ਚਲੋ ਬਈ ਮੜਾ ਉਤਰੋ ਕਿਉਂਕਿ ਡਿੱਗਣਾ ਵਾ। ਕਿੰਨੀ ਕੁ ਦਾਮ ਆ? ਆ ਵੇ ਇੱਧਰ ਵਾ। ਚਲੋ ਗਾਇਸ ਅਸੀਂ ਚੱਲੇ ਹਾਂ ਕੁੱਤਿਆਂ ਨੂੰ ਰੋਟੀਆਂ ਪਾਉਣ। ਬੱਚੇ ਆ ਛੋਟੇ ਛੋਟੇ ਤੇ ਉਹਨਾਂ ਦੀ ਮਾਂ ਦੀ ਲੱਤ ਟੁੱਟੀ ਹੋਈ ਆ ਇੱਥੇ ਹੀ ਆ ਕਿਤੇ ਤੇ ਆਪਾਂ ਉਹਨਾਂ ਲਈ ਖਾਣਾ ਲੈ ਕੇ ਆਏ ਹਾਂ। ਵੈਲਕਮ ਗਾਇਸ, ਕਿੱਥੇ ਆ? ਹੈ ਵੈ ਸੇਫ ਜਗ੍ਹਾ ਜਿਸ ਕਾਰਨ ਇੱਕ ਗੱਲ ਆ ਕਿੱਧਰ ਦੀ ਕਿੱਧਰ ਧਿਆਨ ਨਾ ਬੈਠਾ ਹੁਣ ਤਿੰਨੇ ਜਾਣੇ ਕੰਡੇ ਸੀਗੇ ਭਾਈ ਦੇ ਕਿੰਨੇ ਪਏ ਹਨਾ ਹੁਣ ਵੇਖੀ ਖਾ ਕਿੰਨੇ ਖੁਸ਼ ਹੋ ਕੇ ਖਾਂਦੇ। ਕਮਲ ਲਿਆ ਵਾ ਤੂੰ ਏਡੇ ਏਡੇ ਵੱਡੇ ਟੁਕੜੇ ਪਾ ਤੇ ਛੋਟੇ ਪਾਉਂਦਾ ਪਤਾ ਡਰ ਗਿਆ ਲਾਪਰੀ ਤੋਂ ਉਹ ਤਾਂ। ਆ ਦੇਖੋ ਇੰਨੀਆਂ ਪਾਤੀਆਂ ਇੱਥੇ ਬਾਕੀ ਨਾ ਹੋਰ ਕੋਈ ਨਾ ਖਾ ਜਾਵੇ ਆਣ ਕੇ। ਆ ਦੇਖੋ ਆਹੋ ਮਾਂ ਹੀ ਆਊਗੀ। ਉਹ ਵੇਖੋ ਘੋਰਨੇ ਜਿਹੇ ਚ ਰਹਿੰਦੇ ਵੜ ਕੇ ਤੁਹਾਨੂੰ ਦਿਖਾਉਣਾ ਜੇ ਦਿਖਦੇ ਆ ਤਾਂ ਗਾਂ ਚਲੇ ਗਏ। ਫਿਰ ਏਦਾਂ ਥੋੜ੍ਹੀ ਖਾਣਾ ਇਹਨਾਂ ਨੇ। ਵੇਖੋ ਗੈਸ ਭੱਜ ਕੇ ਫੜ ਕੇ ਲਿਆਉਣ ਲੱਗਾ ਧੱਕੇ ਨਾ ਉਹ ਤਾਂ ਨਿਕਲ ਗਿਆ ਡਰਦਾ ਬਹੁਤ ਆ ਤੇ ਉਹਦੇ ਅੱਗੇ ਅੱਗੇ ਨਹੀਂ ਉਹ ਨਹੀਂ ਕਾਬੂ ਆਉਣਾ। ਇੱਕ ਆ ਹੋਵੇਗਾ ਬਾਹਰ ਆ ਲੈ ਵਿੱਚ ਚੱਲ ਗਿਆ। ਬਸ ਦੇਖੋ ਵਿੱਚ ਖਾਂਦੇ ਪਏ ਨਾਲ ਲੜੀ ਜਾਂਦੇ ਵਿੱਚ ਹੀ। ਅਸੀਂ ਨਾ ਇਹਨਾਂ ਨੂੰ ਪਾ ਕੇ ਚੱਲੇ ਹਾਂ ਤੇ ਆਪੇ ਖਾ ਲੈਣਗੇ ਜੋ ਜੀ ਕੀਤਾ ਤੇ ਹੁਣ ਚੱਲਦੇ ਹਾਂ ਵਾਪਸ ਆਪਾਂ ਘਰ ਨੂੰ। ਇੱਕ ਛੋਟੇ ਦਾ ਖੁਰ ਨੱਪਿਆ ਕੱਟੇ ਦਾ ਖੁਰ ਉਹ ਉੱਥੇ ਨੱਪਿਆ ਸੀ ਉਹ ਇਹਨਾਂ ਵਾਸਤੇ ਤਰੀ ਨੱਪ ਛੱਡਦੇ ਮੇਰੇ ਕੋਲੇ ਤਰੀ ਤੁਰੀ। ਅੱਛਾ ਇੱਥੇ ਸੱਚ ਬੱਚੇ ਬੁੱਚੇ ਆਉਂਦੇ ਆ ਫਿਰ ਕੁੱਤੇ ਫੜ ਲੈਂਦੇ ਆ ਛੱਡਦੇ ਆ ਹਨਾ। ਇਹ ਨਹੀਂ ਫੜ ਸਕਦੇ ਇੱਥੇ ਨਾ ਕੁੱਤੇ ਵਾਧੂ ਵਾਰ ਦੂਜੇ ਖਤਰਨਾਕ ਕੁੱਤੇ ਤੇ ਉਹ ਫੜ ਫੁੜ ਕੇ ਜਿਵੇਂ ਮਾਰ ਦਿੰਦੇ ਤੇ ਉਹੀ ਇਹਨਾਂ ਨੂੰ ਮਿਲ ਜਾਂਦਾ ਮਾਸ। ਚਲੋ ਗਾਇਸ ਹੁਣ ਕੁਆਲਿਟੀ ਨੂੰ ਮਾੜਾ ਜਿਹਾ ਐਡਜਸਟ ਕਰ ਲਿਓ ਗੰਦੀ ਜੀ ਆਉਂਦੀ ਹੋਣੀ ਆ ਤੇ ਵੈਸੇ ਵੀ ਐਂਡ ਕਰਨਾ। ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਾਂਗੇ ਅਗਲੇ ਵਲੌਗ ਦੇ ਵਿੱਚ। ਬਾਏ।